ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਸਾਰੇ ਮੇਰੇ ਭਰਾ ਦੇ ਜੀਏ ਫਿਰ ਆਪਾਂ ਲੱਗੇ ਹਾਂ ਵਲੌਗ ਬਣਾਉਣ ਬੜਾ ਇੰਨਾ ਮਾਹ ਲੱਗੀ ਗਏ ਜੀ ਵਲੌਗ ਦੀ ਸ਼ੁਰੂਆਤ ਇੱਧਰ ਆਏ ਕਹਿੰਦੇ ਮੁੰਡੇ ਯੂਪੀ ਵਾਲੇ ਯੂਪੀ ਵਾਲੇ ਉਹ ਹਾਂਜੀ ਮਿੱਤਰੋ ਕਹਿੰਦੇ ਗੁਰਮਨ ਦਾ ਕੱਲ ਬਰਥਡੇ 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 ਤੇ ਛੱਡੇ ਛੱਡੇ ਤੇ ਮੁੰਡਾ ਕਹਿੰਦਾ ਪਾਰਟੀ ਕਰਨੀ ਆ ਪੰਜਾਬੀ ਬੋਲਣੀ ਭਰਾਵਾ ਬਾਕੀ ਪਤਾ ਹੀ ਆ ਗੁਰਮਨਪ੍ਰੀਤ ਗੇਮਿੰਗ ਟੂ ਓਕੇ ਜੀ ਪੁੱਠੇ ਕੰਮ ਬੜੇ ਕਰਦਾ ਸਾਡਾ ਗੁਰਮੁਖ ਪਿੱਛੋਂ ਦੀ ਚੜ੍ਹਦਾ ਪਹਿਲਾਂ ਅੱਗੋਂ ਦੀ ਚੜ੍ਹਦਾ ਪਹਿਲਾਂ ਬੰਦਾ ਦੱਸ ਲੇ ਮੈਂ ਰੇੜੇ ਉੱਤੇ ਚੜ੍ਹਨ ਲੱਗਾ ਰੇੜੇ ਵੀ ਰੇੜਾ ਡੱਕ ਲਾ ਆਹ ਮਿੱਤਰੋ ਸ਼ੈਤਾਨੀ ਬਿੱਲੀ ਆ ਗਈ ਸਾਡੀ ਵੇਖੋ ਕਿੱਡੀ ਵੱਡੀ ਹੋ ਗਈ ਕਿੰਨੇ ਚਿਰ ਦੀ ਹੋ ਗਈ ਹੈ ਇਹ ਕਿੰਨੇ ਚਿਰ ਦਾ ਹੋ ਗਿਆ ਤੇਰੀ ਭੈਂਸ ਕਿਟਾਂਗ ਬੜਾ ਸ਼ੈਤਾਨ ਹੋ ਗਿਆ ਇਹਨੂੰ ਤੁਸੀਂ ਮੇਰੇ ਪਹਿਲੇ ਵਲੌਗਾਂ ਇਵੇਂ ਦੇ ਰਹੋਗੇ ਤੁਸੀਂ ਤੇਰੀ ਡੰਡਾ ਫੜ ਲਿਆ ਪਕੜ ਲਈ ਹੈਗੀ ਤੈਨੂੰ ਸਕੂਲ ਕਿਹੜੇ ਜਾਣਾ ਪਤਾ ਨਹੀਂ ਤੂੰ ਕਿਹੜੇ ਸਕੂਲੇ ਜਾਣਾ ਹੈ ਕਿੱਥੇ ਚੱਲਿਆ ਕਿੱਥੇ ਚੱਲਿਆ ਫੜ 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 ਸੁੱਕਣਾ ਜਾਵੇ ਇਸ ਸ਼ਖਸ ਨੂੰ ਤੁਸੀਂ ਮੇਰੇ ਪਹਿਲੇ ਵਲੌਗਾਂ ਜਿਵੇਂ ਦੇ ਰਹੇ ਜੇ ਜਦੋਂ ਇਹ ਸਾਲ ਡੇਢ ਸਾਲ ਦਾ ਹੁੰਦਾ ਸੀ ਤੇ ਇਹਦਾ ਨਾਮ ਹੈ ਕੀ ਨਾਮ ਹੈ ਤੇਰਾ ਓਏ ਏਕਮਪ੍ਰੀਤ ਸਿੰਘ ਗਾੜੀ ਭੰਗੂ ਕਹਿ ਪਹਿਲਾਂ ਬੋਲਣਾ ਫੇਰ ਹੀ ਵਿਖਾਊਂਗਾ ਬੋਲ ਏਕਮਪ੍ਰੀਤ ਸਿੰਘ ਭੰਗੂ ਬੋਲ ਕੱਲ ਕੀ ਲੋ ਮਿੱਤਰੋ ਜੋ ਸਾਉਣ ਮਹੀਨਾ ਚੜਿਆ ਹੁਣ ਅੱਜ ਮੀਂਹ ਖੁੱਲ ਕੇ ਪਿਆ ਪੂਰਾ ਬੜੇ ਡੀਕ ਮੀਂਹ ਦੀ ਡੀਕ ਕੀਤੀ ਮੀਂਹ ਨੀ ਪੈਂਦਾ ਅੱਜ ਲਾਂਬੇ ਲੱਥ ਗਏ ਮੀਂਹ ਦੇ ਅੱਜ ਹੁਣ ਚੱਲੇ ਇੱਕ ਵੱਜ ਗਏ ਪੱਠੇ ਲੈਣ ਉਹਦਾ ਪੱਠੇ ਦੇ ਕੱਲ ਸ਼ਾਮੋਂ ਲਿਆਂਦੇ ਸ਼ਾਮੋਂ ਲਿਆਈਦੇ ਠੰਡਾ ਹੈਗਾ ਮੌਸਮ ਆ ਪੱਠੇ ਪੁੱਠੇ ਲੈ ਆਉਂਦੇ ਜੀ ਮਿੱਤਰੋ ਅਗਲਾ ਦਿਨ ਆ ਗਿਆ ਗੁਰਮਨ ਦਾ ਅੱਜ ਬਰਥਡੇ ਆ ਸਾਰੇ ਜਣੇ ਕਰ ਦੋ ਵਿਸ਼ ਗੁਰਮਨ ਨੂੰ ਹੈਪੀ ਬਰਥਡੇ ਗੁਰਮਨਪ੍ਰੀਤ ਹੈਲੋ ਸਤਿ ਸ਼੍ਰੀ ਅਕਾਲ ਮਿੱਤਰੋ ਗਾਈ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋ ਤੇ ਅੱਜ ਮੇਰਾ ਜਨਮ ਦਿਨ ਹੈ ਇੱਕ ਦੇ ਨਾਲ ਦੋ ਦੋ ਖੁਸ਼ਖਬਰੀਆਂ ਇੱਕ ਦੇ ਤੁਹਾਨੂੰ ਪਤਾ ਮੇਰਾ ਜਨਮ ਦਿਨ ਆ ਇੱਕ ਹੋਰ ਖੁਸ਼ਖਬਰੀ ਆ ਕਿ ਮੇਰੇ ਚੈਨਲ ਤੇ 50 ਸਬਸਕ੍ਰਾਈਬਰ ਹੋ ਗਏ ਆ ਤੇ ਚਲੋ ਫਿਰ ਵੀ ਇਹਨੂੰ ਕੰਟੀਨਿਊ ਕਰਦੇ ਆ ਚਲੋ ਇੱਕ ਇਧਰ ਆਪਣਾ ਮਿੱਤਰ ਕੇਕ ਡੀਗਦਾ ਸੌਂਗ ਆ ਢੇਰੀ ਹੋ ਗਿਆ
ਤਾਬੇ ਮਾਰਨ ਦੇ ਉਹਨੂੰ ਖਵਾ ਦੇ ਚੀਜ਼ੀ ਕੇ ਉਹਨਾਂ ਖਵਾ ਦੇ ਕਰ ਦੇਣਾ ਹਾਂ ਕਰ ਦੇਣਾ ਖਵਾ ਦੇ ਚਾਚਾ ਜੀ ਕਲਕੱਤੇ ਆਏ ਇਹਨਾਂ ਦੀ ਗੁੜੀਆ ਦਾ ਜਨਮ ਚਾਚੀ ਬਾਬੂ ਸਿੰਘ ਆ ਰਹੇ ਗੁਰਮਨ ਦਾ ਦਾਦਾ ਦਾਦੀ ਆ ਗਿਆ ਯੂਪੀ ਵਾਲਾ ਗੁਰਮਨ ਇੱਧਰ ਗੁਰਮਨ ਕਹਿੰਦੇ ਮੁੰਡੇ ਦਾ ਗਿਫਟ ਆਇਆ ਮੁੰਡਾ ਖੋਲਣਗਾ ਫਿਰ ਤੋਂ ਛੇਤੀ ਤੋਂ ਹੁਣ ਆਈ ਕਹਿੰਦੇ ਕੇਕ ਖਾਣ ਦੀ ਵਾਰੀ ਹਾਂਜੀ ਵੀਰੋ ਭਰਾਓ ਫਿਰ ਦੱਸੋ ਕਿੱਦਾਂ ਲੱਗਾ ਵਲੋਗ ਠੀਕ ਹੈ ਜੇ ਵਲੋਗ ਵਧੀਆ ਲੱਗਿਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਵੀ ਚੈਨਲ 'ਤੇ ਨਵੇਂ ਆਏ ਠੀਕ ਹੈ ਜੀ ਅਤੇ ਇਹੋ ਜਿਹੇ ਵਲੋਗ ਵੇਖਣ ਨੂੰ ਮੈਨੂੰ ਕਮੈਂਟ ਕਰ ਦਿਓ ਮੈਂ ਵਲੋਗ ਜਾਂ ਪਾਵਾਂ ਡੇਲੀ ਕਿ ਨਾ ਪਾਵਾਂ ਠੀਕ ਹੈ ਜੀ ਅਤੇ ਅੱਜ ਤੀਜਾ ਦਿਨ ਹੈ ਤੀਜੇ ਦਿਨ ਦਾ ਮੈਂ ਐਂਡ ਕਰ ਲਵਾਂ ਠੀਕ ਹੈ ਜੀ ਵਲੋਗ ਆ ਇੱਦਾਂ ਯਾਰ ਜੀ ਯੂ ਏ ਨਹੀਂ ਕਰਦਾ ਵਲੋਗ ਬਣਾ ਲੂੰਗੇ ਠੀਕ ਹੈ ਜੀ ਆਪਣਾ ਗੇਮਿੰਗ ਚੈਨਲ ਹੈਗਾ ਜਿੱਦਾਂ ਨਾਮ ਸਿੰਘ ਜੀ ਟੀ ਐਕਸ ਉਹ ਵੀ ਕਰ ਲਓ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਵੀ ਫੋਲੋ ਕਰ ਲਿਓ ਜਿੱਦਾਂ ਨਾਮ ਸਿੰਘ ਜੀ ਟੀ ਐਕਸ ਅਤੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਲਓ ਠੀਕ ਹੈ ਜੀ ਤਾਂ ਚੈਨਲ ਬਣਾਇਆ ਵਟਸਐਪ ਗਰੁੱਪ ਚੈਨਲ ਠੀਕ ਹੈ ਜੀ ਅਤੇ ਉਹਦਾ ਲਿੰਕ ਵੀ ਜਦੋਂ ਕਰ ਲਓ ਕਰ ਲਿਓ ਫੋਲੋ ਠੀਕ ਹੈ ਜੀ ਅਤੇ ਮਿਲਦੇ ਹਾਂ ਫਿਰ ਆਪਣੇ